ਦੱਸੋ ਕਿ ਪਾਕਿਸਤਾਨ ਦੀ ਕਬੱਡੀ ਵਿੱਚ ਕਿਹੜੀਆਂ ਗਲਤੀਆਂ ਵਾ, ਕਿਉਂਕਿ ਇੰਡੀਆ ਦੀ ਕਬੱਡੀ ਦੇਖੋ ਨਾ ਹੁਣ ਕਿੰਨੇ ਪਲੇਅਰ ਜਾ ਰਹੇ ਆ ਉੱਥੇ, ਇੰਡੀਆ, ਕੈਨੇਡਾ, ਹਰ ਪਾਸੇ ਜਾ ਰਹੇ ਆ, ਲੇਕਿਨ ਪਾਕਿਸਤਾਨ ਦੇ ਕੋਈ ਚੰਦ ਪਲੇਅਰ ਗਏ ਜਿਹਨਾਂ ਵਿੱਚ ਤੁਸੀਂ ਮਾਸ਼ਾਅੱਲਾ ਸ਼ਾਮਿਲ ਹੋ, ਅਤੇ ਇਹ ਕੀ ਗਲਤੀਆਂ ਵਾ, ਸਿਆਸਤ ਹੋ ਰਹੀ ਆ ਕਬੱਡੀ ਵਿੱਚ ਜਿਹੜਾ, ਮਤਲਬ ਪਾਕਿਸਤਾਨ ਦੀ ਕਬੱਡੀ ਪ੍ਰਮੋਟ ਨਹੀਂ ਹੋ ਰਹੀ, ਇਹ ਕੀ ਚੱਕਰ? 2012 ਤੋਂ ਕਬੱਡੀ ਸਟਾਰਟ ਕੀਤੀ, ਹਜੇ ਤੁਸੀਂ ਖੇਡ ਰਹੇ ਹੋ, ਇੰਟਰਨੈਸ਼ਨਲ ਲੈਵਲ ਦਾ ਵੀ ਤੁਸੀਂ ਖੇਡੇ ਹੋ, ਵਰਲਡ ਕੱਪ ਵੀ ਖੇਡੇ ਹੋ, ਅਤੇ ਮਾਸ਼ਾਅੱਲਾ ਤੁਸੀਂ ਇਹ ਦੱਸੋ ਸਾਡੇ ਨਾਲ ਕਿ ਤੁਸੀਂ ਵਰਲਡ ਕੱਪ 'ਚ ਕਿੰਨੇ ਸਟਾਪ ਕੀਤੇ ਸੀ, ਅਤੇ ਬੈਸਟ ਆਫ ਤੁਸੀਂ ਹੋਏ ਸੀ ਪਾਕਿਸਤਾਨ? ਕਮਰ ਭਾਈ ਯੂਰਪ ਗਏ ਸੀ ਤੁਸੀਂ, ਮਾਸ਼ਾਅੱਲਾ ਖੇਡ ਕੇ ਆਏ ਹੋ, ਕੈਸਾ ਤੁਹਾਡਾ ਉੱਥੇ ਮਤਲਬ ਗੇਮ ਕੈਸੀ ਰਹੀ ਹੈ? ਦੂਸਰੇ ਨੰਬਰ 'ਤੇ ਬੜੀ ਜਲਦੀ ਆ ਗਏ ਤੁਸੀਂ, ਹੋਰ ਵੀ ਕਾਫੀ ਪਲੇਅਰਾਂ ਨੂੰ ਫੀਸ ਹੋਣੀ ਹੈ ਜੇ ਖੇਡ ਰਹੇ ਆ, ਤੁਸੀਂ ਜਲਦੀ ਕਾਹਤੋਂ ਆ ਗਏ ਉੱਥੋਂ? ਹਾਂਜੀ, ਅਸਲਾਮ ਵਾਲੇਕੁਮ ਜੀ, ਸਭ ਦੋਸਤਾਂ ਦਾ ਕੀ ਹਾਲ ਹੈ? ਠੀਕ ਠਾਕ ਹੋ? ਅੱਜ ਅਸੀਂ ਆਏ ਹਾਂ ਕਮਰ ਭਾਈ ਕੋਲ, ਸੁਲਤਾਨ ਆਫ ਕਬੱਡੀ ਵੀ ਕਿਹਾ ਜਾਂਦਾ ਵੈਸੇ ਭਾਈ ਨੂੰ, ਅਤੇ ਬੜੇ ਅੱਛੇ ਇਨਸਾਨ ਨੇ। ਕਮਰ ਭਾਈ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਸਰ, ਕੀ ਹਾਲ ਨੇ? ਠੀਕ ਠਾਕ ਹੋ ਜੀ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ। ਕਮਰ ਭਾਈ, ਲੋਕ ਅਕਸਰ ਤੁਹਾਡੀ ਕੰਪਲੇਨ ਕਰਦੇ ਨੇ ਤੁਸੀਂ ਬੋਲਦੇ ਬਹੁਤ ਘੱਟ ਹੋ, ਮਤਲਬ ਕਈ ਲੋਕ ਪੁੱਛਦੇ ਕਿ ਬੋਲਦੇ ਕਿ ਇਹਨਾਂ ਦਾ ਇੰਟਰਵਿਊ ਕਰਕੇ ਲਿਆਓਗੇ, ਇਹਦੀ ਆਵਾਜ਼ ਵੀ ਸੁਣੀ ਗਈ, ਕੀ ਗੱਲ ਤੁਸੀਂ ਬੋਲਦੇ ਕਿ ਘੱਟ ਆ ਇੰਨਾ? ਯਾਰ ਭਾਈ, ਮੈਨੂੰ ਵੈਸੇ ਹੀ ਘੱਟ ਬੋਲਣਾ ਅੱਛਾ ਲੱਗਦਾ, ਮੈਂ ਆਪਣੇ ਆਪ 'ਚ ਜ਼ਿਆਦਾ ਨਹੀਂ ਨਾ, ਜ਼ਿਆਦਾ ਗੇਮ 'ਤੇ ਫੋਕਸ ਕਰਨਾ, ਬੋਲਣਾ ਜ਼ਿਆਦਾ ਬੋਲਣਾ ਮੈਨੂੰ ਅੱਛਾ ਨਹੀਂ ਲੱਗਦਾ। ਬੋਲਦੇ ਘੱਟ ਤੁਸੀਂ। ਹਾਂਜੀ ਕਮਰ ਭਾਈ, ਕਬੱਡੀ ਕਦੋਂ ਸਟਾਰਟ ਕੀਤੀ ਤੁਸੀਂ, ਕਿੰਨੀ ਦੇਰ ਹੋ ਗਈ ਅਤੇ ਕਿੱਦਾਂ ਲਵੇ ਕੇ ਸ਼ੁਰੂ ਕੀਤੀ ਆ? ਮੈਂ ਯਾਰ ਭਾਈ ਕਬੱਡੀ 2012 'ਚ ਸਟਾਰਟ ਕੀਤੀ ਸੀਗੀ, ਅਤੇ ਪਹਿਲੇ ਸਕੂਲ ਹੀ ਪੜ੍ਹਦੇ ਸੀਗੇ, ਕ੍ਰਿਕਟ ਖੇਡਦੇ ਸੀਗੇ। ਅੱਛਾ ਅੱਛਾ। ਅਤੇ ਮੈਂ ਨਾ, ਸਾਡੇ ਪਿੰਡ ਇੱਕ ਟੀਮ ਸੀਗੀ ਕ੍ਰਿਕਟ ਦੀ ਇੱਕ, ਮੈਂ ਗਿਆ ਆਪਣੇ ਉਸਤਾਦ ਦੇ ਪਿੰਡ ਕੋਟਲਾ ਛੋਟਾ, ਉੱਥੇ ਨਾ ਕ੍ਰਿਕਟ ਟੀਮ ਮੈਚ ਖੇਡਣ ਗਈ, ਮੈਂ ਵੀ ਗਿਆ ਉਹਨਾਂ ਨਾਲ। ਉੱਥੇ ਨਾ ਭਾਈ ਬਾਬਾ ਟ੍ਰੇਨਰ ਕਰ ਰਹੇ ਸੀ, ਨਾਲ ਛੋਟੇ ਮੁੰਡੇ ਹੋਰ ਕਾਫੀ ਕਰਦੇ ਸੀ ਟ੍ਰੇਨਿੰਗ, ਅਤੇ ਮੈਂ ਛੱਡ ਕੇ ਨਾ ਕ੍ਰਿਕਟ, ਪਜਾਮਾ ਟੁੰਗੇ ਬੂਟ ਲਾਏ, ਮੈਂ ਕਬੱਡੀ ਖੇਡਣ ਲੱਗ ਪਿਆ। ਅੱਛਾ। ਤੋਂ ਮੈਂ ਨਾ ਸਿੱਧੇ ਸਿੱਧੇ ਮੁੱਕੇ ਮਾਰਨ ਲੱਗ ਗਿਆ, ਅਤੇ ਉਸਤਾਦ ਦੇਖਿਆ ਉਹਨਾਂ ਦੇ, ਯਾਰ ਮੁੰਡਾ ਕਬੱਡੀ ਖੇਡਣ ਵਾਲਾ ਅਤੇ ਕ੍ਰਿਕਟ ਖੇਡਦਾ, ਲੇਕਿਨ ਉਸਤਾਦ ਮੈਂ ਵੀ ਨਹੀਂ ਜਾਣਦਾ, ਉਹ ਵੀ ਨਹੀਂ ਜਾਣਦੇ, ਅਤੇ ਮੈਂ ਪਿੰਡ ਵਾਪਸ ਆ ਗਿਆ ਘਰੇ ਖੇਡ ਉੱਥੇ ਆਪਣੇ ਪਿੰਡ, ਅਤੇ ਉਸ ਤੋਂ ਬਾਅਦ 3 ਮਹੀਨੇ ਛੁੱਟੀਆਂ ਨੇ ਸਕੂਲੋਂ, ਸਾਨੂੰ ਛੁੱਟੀਆਂ ਗਈਆਂ, ਅਤੇ ਉਸਤਾਦ ਨੇ ਮੈਨੂੰ ਕਾਲ ਕੀਤੀ ਕਿ ਯਾਰ ਬੇਟਾ ਤੂੰ ਟ੍ਰੇਨਰ ਕਰੇਗਾ, ਕਬੱਡੀ ਖੇਡੇਗਾ ਮੇਰੇ ਕੋਲ, ਅਤੇ ਮੈਨੂੰ ਇੰਨਾ ਹੀ ਚਾਹ ਕੇ ਮੈਨੂੰ ਬਾਬਲ ਗੁੱਜਰ ਨੇ ਫੋਨ ਕੀਤਾ ਜੀ। ਉਦੋਂ ਉਸਤਾਦ ਨੇ ਮਾਸ਼ਾਅੱਲਾ ਪੂਰੇ ਕਾਇਮ ਸੀਗੇ, ਨਾ ਸੀ ਦੁਨੀਆ ਤੋਂ, ਨਾ ਹੁਣ ਵੀ ਹੈ, ਰਹੇਗਾ ਵੀ ਇਨਸ਼ਾਅੱਲਾ, ਅਤੇ ਮੈਂ ਠੀਕ ਹੋ ਗਿਆ ਜੀ। ਉਹਨਾਂ ਮੈਨੂੰ ਫਿਰ ਘਰੋਂ ਲੈ ਜਾਣਾ ਕਰਨਾ, ਗੱਡੀ ਸੀ ਭਾਈ ਉਹਨਾਂ ਕੋਲ, ਉਹਨਾਂ ਸੁਬਹਾ ਆਉਣਾ ਫਸਟ ਟਾਈਮ, ਘਰੋਂ ਲੈ ਜਾਣਾ ਕਰਨਾ, ਸਟੇਡੀਅਮ ਟ੍ਰੇਨਿੰਗ ਕਰਨੀ, ਸਾਰਾ ਜਿੰਮ ਜਿੰਮ ਲਗਾਉਣੀ, ਸਾਰਾ ਕੁਝ ਕਰਨਾ। ਉਸ ਤੋਂ ਬਾਅਦ ਫਿਰ ਮੇਰੇ ਕੋਲ ਇੰਨੀ ਵਸਾਈਲ ਨਹੀਂ ਸੀ, ਬਾਈਕ ਵੀ ਨਹੀਂ ਸੀ, ਸਾਈਕਲ ਵੀ ਨਹੀਂ ਸੀ ਮੇਰੇ ਕੋਲ, ਅਤੇ ਉਸਤਾਦ ਨੇ ਆਪਣੀ ਮੋਟਰਸਾਈਕਲ ਮੈਨੂੰ ਦੇਤੀ, 70 ਮੋਟਰਸਾਈਕਲ ਸੀ ਉਹਨਾਂ ਕੋਲ, ਉਹ ਤਕਰੀਬਨ 3 ਸਾਲ ਮੇਰੇ ਕੋਲ ਰਹੀ ਮੋਟਰਸਾਈਕਲ, ਹੈ ਨਾ, ਉਹ 'ਚ ਤੇਲ ਵੀ ਕਿਸੇ ਟਾਈਮ ਪਵਾਉਣਾ ਕਰਨਾ, ਭਾਜੀ ਦੇਣਾ ਕਰਨਾ, ਜਿੰਮ ਵੀ ਲਵਾਉਣੀ, ਸਾਰਾ ਕੁਝ ਨਾ, ਯਾਨੀ ਕਿ ਬੜੀ ਸਪੋਰਟ ਕੀਤੀ ਆਪਣੀ ਉਹਨਾਂ ਨੇ। ਬੜੀ ਗੱਲ ਹੈ, ਬੜੀ ਗੱਲ। ਅਤੇ ਉਹਨਾਂ ਨਾਲ ਵੇਖ ਕੇ ਫਿਰ ਆਪਣੇ ਆਈਡੀਅਲ ਵੀ ਉਹ ਹੀ ਸਨ, ਉਹਨਾਂ ਨਾਲ ਵੇਖ ਕੇ ਫਿਰ ਕਬੱਡੀ ਸਟਾਰਟ ਕੀਤੀ। ਤੁਹਾਡੇ ਉਸਤਾਦ ਨਾਲ ਪ੍ਰਿੰਸ ਆਫ ਪਾਕਿਸਤਾਨ ਬਾਬਰ ਗੁਜਰ ਜੀ ਜੀ। ਅੱਛਾ ਅੱਛਾ, ਮਾਸ਼ਾਅੱਲਾ। 2012 ਤੋਂ ਕਬੱਡੀ ਸਟਾਰਟ ਕੀਤੀ, ਹਜੇ ਤੁਸੀਂ ਖੇਡ ਰਹੇ ਹੋ, ਇੰਟਰਨੈਸ਼ਨਲ ਲੈਵਲ ਦਾ ਵੀ ਤੁਸੀਂ ਖੇਡੇ ਹੋ, ਵਰਲਡ ਕੱਪ ਵੀ ਖੇਡੇ ਹੋ ਜੀ ਜੀ। ਅਤੇ ਮਾਸ਼ਾਅੱਲਾ ਤੁਸੀਂ ਇਹ ਦੱਸੋ ਸਾਡੇ ਨਾਲ ਕਿ ਤੁਸੀਂ ਵਰਲਡ ਕੱਪ 'ਚ ਕਿੰਨੇ ਸਟਾਪ ਕੀਤੇ ਸੀ, ਅਤੇ ਬੈਸਟ ਆਫ ਤੁਸੀਂ ਹੋਏ ਸੀ ਪਾਕਿਸਤਾਨ? ਜੀ, ਮੈਂ 3 ਸਟਾਪ ਕੀਤੇ ਸੀਗੇ, ਬੈਸਟ ਸਟੋਪਰ ਵੀ ਮੈਂ ਹੀ ਹੋਇਆ ਸੀ, ਬਾਕੀ ਨਫੀਸ ਭਾਈ ਦਾ ਸੀ ਇੱਕ, ਅਤੇ ਇੱਕ ਮੁਸ਼ਰਫ ਭਾਈ ਦਾ ਸੀਗਾ, ਇੱਕ ਸਟਾਪ। ਹਾਂਜੀ, ਮਾਸ਼ਾਅੱਲਾ। ਤੁਸੀਂ ਇਹ ਦੱਸੋ ਕਿ ਪਾਕਿਸਤਾਨ ਦੀ ਕਬੱਡੀ ਵਿੱਚ ਕਿਹੜੀਆਂ ਗਲਤੀਆਂ ਵਾ, ਕਿਉਂਕਿ ਇੰਡੀਆ ਦੀ ਕਬੱਡੀ ਦੇਖੋ ਨਾ ਹੁਣ ਕਿੰਨੇ ਪਲੇਅਰ ਜਾ ਰਹੇ ਆ ਉੱਥੇ, ਇੰਡੀਆ, ਕੈਨੇਡਾ, ਹਰ ਪਾਸੇ ਜਾ ਰਹੇ ਆ, ਲੇਕਿਨ ਪਾਕਿਸਤਾਨ ਦੇ ਕੋਈ ਚੰਦ ਪਲੇਅਰ ਗਏ ਜਿਹਨਾਂ ਵਿੱਚ ਤੁਸੀਂ ਮਾਸ਼ਾਅੱਲਾ ਸ਼ਾਮਿਲ ਹੋ, ਅਤੇ ਇਹ ਕੀ ਗਲਤੀਆਂ ਵਾ, ਕਿ ਸਿਆਸਤ ਹੋ ਰਹੀ ਆ ਕਬੱਡੀ ਵਿੱਚ ਜਿਹੜਾ, ਮਤਲਬ ਪਾਕਿਸਤਾਨ ਦੀ ਕਬੱਡੀ ਪ੍ਰਮੋਟ ਨਹੀਂ ਹੋ ਰਹੀ, ਇਹ ਕੀ ਚੱਕਰ ਵੀ ਦੱਸੋ ਸਾਨੂੰ? ਬਾਈ, ਸਿਆਸਤ ਯਾਰ ਮੈਨੂੰ ਤਾਂ ਕੋਈ ਨਹੀਂ ਲੱਗਦੀ ਕਬੱਡੀ ਸਿਆਸਤ, ਵੈਸੇ ਨਾ ਪਾਰਟੀ ਬਾਜ਼ੀ ਹੈ, ਚੱਲਦੀ ਹੈ, ਚੱਲਦੀ ਆਈ, ਚੱਲਦੀ ਰਹਿਣੀ ਹੈ, ਹੋਣੀ ਵੀ ਚਾਹੀਦੀ ਹੈ, ਕਿ ਹਰ ਪਲੇਅਰ ਨੂੰ ਮੌਕਾ ਮਿਲਦਾ, ਕਿ ਬੰਦਾ ਕਿਸੇ ਪਾਰਟੀ ਨਾਲ ਅਟੈਚ ਨਹੀਂ, ਕਿਸੇ ਗਰੁੱਪ ਨਾਲ ਅਟੈਚ ਨਹੀਂ, ਕਿਸੇ ਕਲੱਬ 'ਚ ਅਟੈਚ ਨਹੀਂ ਹੈਗਾ, ਉਹ ਲੋਕਲ ਜਿੰਨੀ ਮਰਜ਼ੀ ਟ੍ਰੇਨਰ ਕਰੇ ਹਾਂ, ਉਹਨੂੰ ਕਿੰਨੇ ਉੱਪਰ ਲਿਆਉਣਾ? ਬਿਲਕੁਲ, ਕਿਸੇ ਨਹੀਂ ਉੱਪਰ ਲਿਆਉਣਾ, ਉਹ ਕਿਸੇ ਪਾਰਟੀ ਜੁਆਇਨ ਕਰੇਗਾ, ਕਿਸੇ ਕਲੱਬ 'ਚ ਜਾਏਗਾ ਤਾਂ ਉੱਪਰ ਆਏਗਾ, ਕਬੱਡੀ ਖੇਡੇਗਾ। ਗਲਤੀਆਂ ਮੇਰੇ ਮਕਸਦ ਤੋਂ ਕੋਈ ਨਹੀਂ, ਗਲਤੀ ਮੈਨੂੰ ਤਾਂ ਲੱਗਦੀ ਕੋਈ ਨਹੀਂ, ਇਹ ਹੋਣੀ ਚਾਹੀਦੀ ਹੈ, ਪਾਰਟੀ ਬਾਜ਼ੀ ਵੀ ਹੋਣੀ ਚਾਹੀਦੀ। ਤੁਸੀਂ ਮੇਰੀ ਗੱਲ ਹੀ ਸਮਝੇ, ਮੈਂ ਇਹ ਚੀਜ਼ ਕਹਿ ਰਿਹਾ ਕਿ ਇੰਡੀਆ ਦੀ ਕਬੱਡੀ ਬਹੁਤ ਜ਼ਿਆਦਾ ਪ੍ਰਮੋਟ ਆ, ਪਾਕਿਸਤਾਨ ਦੀ ਕਬੱਡੀ ਤੁਸੀਂ ਕੀ ਕਹਿ ਸਕਦੇ, ਪ੍ਰਮੋਟਰ ਪਾਕਿਸਤਾਨ ਦੇ ਨਹੀਂ ਤਗੜੇ ਗਏ? ਪਾਕਿਸਤਾਨ 'ਚ ਬਾਈ ਪ੍ਰਮੋਟਰ ਹੈ ਨੇ, ਲੇਕਿਨ ਸਾਡੇ ਕੁਝ ਕੋਚ ਸਾਹਿਬਾਨ, ਇਹਨਾਂ ਦੀਆਂ ਗਲਤੀਆਂ, ਕੁਝ ਪਲੇਅਰਾਂ ਦੀਆਂ ਗਲਤੀਆਂ ਨੇ, ਬਾਕੀ ਪ੍ਰਮੋਟ ਕਰਨ ਵਾਲੇ ਵੀ ਹੈ ਨੇ ਸਾਡੇ ਪਾਕਿਸਤਾਨ 'ਚ, ਇੰਡੀਆ 'ਚ ਪ੍ਰਮੋਟਰ ਬਹੁਤ ਜ਼ਿਆਦਾ ਨੇ, ਉਦੋਂ ਬਾਹਰ ਬੈਠੇ ਦੁਨੀਆ ਵੇਖੋ ਨਾ, ਹੁਣ ਯੂਰਪ ਸੀਜ਼ਨ ਹੋ ਰਹੇ, ਇੰਗਲੈਂਡ, ਕੈਨੇਡਾ ਹੋ ਰਹੇ ਨੇ, ਪਾਕਿਸਤਾਨ 'ਚ ਬਹੁਤ ਘੱਟ ਪਲੇਅਰ ਜਾਂਦੇ ਨੇ, 4-5 ਗਏ ਯੂਰਪ ਗਏ, ਹਾਂਜੀ 2-3-4 ਜਿੱਥੇ ਗਏ, ਹਾਂਜੀ ਇੰਗਲੈਂਡ ਗਏ, ਇੰਗਲੈਂਡ ਗਏ, ਬਹੁਤ ਘੱਟ ਪਲੇਅਰ ਗਏ ਨੇ ਜੀ ਜੀ। ਪਾਕਿਸਤਾਨ 'ਚ ਪਲੇਅਰ ਵੀ ਬਹੁਤ ਜ਼ਿਆਦਾ ਨੇ, ਲੇਕਿਨ ਸਪੋਰਟ ਬਹੁਤ ਥੋੜ੍ਹੀ ਘੱਟ ਕਰਦੇ ਨੇ ਜਿਹੜੇ ਨਾ ਪ੍ਰਮੋਟਰ, ਜ਼ਿਆਦਾ ਇੱਕ ਬੰਦੇ ਪਲੇਅਰ ਉਹਨਾਂ ਨਾਲ ਸਲੂਕ ਅੱਛਾ ਨਹੀਂ ਕਰਦੇ, ਕੋਈ ਰਿਸਪੋਂਸ ਨਹੀਂ ਦਿੰਦੇ ਹੈਗੇ, ਉਹਦੇ ਬਾਅਦ ਫਿਰ ਪ੍ਰਮੋਟਰ ਕਿੰਨਾ ਕੁ ਦੇਰ ਕਰਨੀ ਯਾਰ,
ਮਤਲਬ ਕਹਿੰਦੇ ਕਿ ਇੱਥੇ ਜੇਕਰ ਪਲੇਅਰ ਜਿਹੜੇ ਯੂਰਪ ਗਏ ਪਾਕਿਸਤਾਨ ਦੇ ਲੋਕ ਇਹ ਵੀ ਨਹੀਂ ਮਤਲਬ ਗਰਾਊਂਡ ਜਾਂਦੇ ਹੈਗੇ ਬਹੁਤ ਦੁਨੀਆ ਭਾਈ ਪਾਕਿਸਤਾਨ ਦੀ ਉੱਥੇ ਦੇਖਦੀ ਮੈਚ ਬੜਾ ਸਪੋਰਟ ਵੀ ਕਰਦੇ ਨੇ ਅਸੀਂ ਤਾਂ ਗਏ ਹਾਂ ਮੈਂ ਹੁਣ ਆਇਆ ਤਕਰੀਬਨ 2-3 ਦਿਨ ਹੋਇਆ ਇਹਨੂੰ ਅਤੇ ਸਪੋਰਟ ਵੀ ਕਰਦੇ ਨੇ ਪੈਸੇ ਵੀ ਦਿੰਦੇ ਹਰ ਤਰ੍ਹਾਂ 'ਚ ਕਰਦੇ ਨੇ ਵੀ ਯਾਰ ਮੈਂ ਅਤੇ ਜੋ ਮੈਨੂੰ ਮਿਲਿਆ ਜੋ ਮੈਂ ਕਹਿੰਦਾ ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਕਿ ਨਹੀਂ ਬੰਦੇ ਸਪੋਰਟ ਕਰਦੇ ਨੇ ਸਾਰੇ ਕਰਦੇ ਨੇ ਇੱਕ ਹੋਰ ਗੱਲ ਭਾਈ ਆਪਣਾ ਜਦੋਂ ਬੰਦਾ ਕਬੱਡੀ ਦਾ ਪਲੇਅਰ ਹੁੰਦਾ ਵਾ ਤਗੜਾ ਪਲੇਅਰ ਹੁੰਦਾ ਵਾ ਜਿੱਥੇ ਵੀ ਕਰਦਾ ਵਾ ਰੇਡਾ ਵੀ ਪਾਉਂਦਾ ਵਾ ਉਸ ਟਾਈਮ ਪਰੇ ਪ੍ਰਮੋਟਰ ਵੀ ਮਗਰ ਹੁੰਦੇ ਫੈਨ ਵੀ ਬੜੇ ਮਗਰ ਹੁੰਦੇ ਜਦੋਂ ਕੋਈ ਇੰਜਰੀ ਵਗੈਰਾ ਹੁੰਦੀ ਸੱਟ ਲੱਗ ਜਾਂਦੀ ਸਾਰੇ ਪਿੱਛੇ ਹਟ ਜਾਂਦੇ ਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਬਾਈ ਯਾਰ ਜਦੋਂ ਬੰਦਾ ਕਬੱਡੀ ਸਟਾਰਟ ਕਰਦਾ ਆਪਣੇ ਘਰ ਤੋਂ ਖਾ ਕੇ ਸ਼ੁਰੂ ਕਰਦਾ ਹੈ ਉਦੋਂ ਕੋਈ ਪ੍ਰਮੋਟਰ ਸਪੋਰਟਰ ਨਹੀਂ ਹੁੰਦਾ ਅਤੇ ਜਦੋਂ ਬੰਦਾ ਪੁਆਇੰਟ ਲੈਣ ਲੱਗ ਜਾਂਦਾ ਫਿਰ ਪ੍ਰਮੋਟਰ ਸਪੋਰਟਰ ਬੜੇ ਆਉਂਦੇ ਨੇ ਕਾਫੀ ਸਾਰੇ ਆਉਂਦੇ ਕੋਚ ਵੀ ਆਉਂਦੇ ਨੇ ਸਾਰਾ ਕੁਝ ਜਦੋਂ ਬੰਦੇ ਨੂੰ ਇੰਜਰੀ ਹੁੰਦੀ ਹੈ ਉਦੋਂ ਬੰਦਾ ਆਪਣੇ ਜੋ ਪੈਸੇ ਕਮਾਉਂਦਾ ਕਬੱਡੀ ਖੇਡਦਾ ਬਾਹਰ ਜਾਂਦਾ ਪੈਸੇ ਕਮਾਉਂਦਾ ਆਪਣੇ ਘਰ ਲੈ ਕੇ ਆਉਂਦਾ ਕਿਸੇ ਪ੍ਰਮੋਟਰ ਨੂੰ ਤਾਂ ਨਹੀਂ ਦਿੰਦਾ ਜਾਂ ਕਿਸੇ ਕੋਚ ਦੇ ਬੱਚੇ ਨੂੰ ਤਾਂ ਨਹੀਂ ਦਿੰਦਾ ਹੈਗਾ ਆਪਣੇ ਘਰ ਲਿਆਉਂਦਾ ਨਾ ਤਾਂ ਜਦੋਂ ਇੰਜਰੀ ਹੁੰਦੀ ਉਦੋਂ ਵੀ ਬੰਦਾ ਘਰ ਬਹਿ ਕੇ ਸਬਰ ਸ਼ੁਕਰ ਕਰਕੇ ਆਪਣੇ ਘਰੋਂ ਹੀ ਚਲਾ ਕੇ ਸਾਰਾ ਕੁਝ ਕਰੇ ਹਾਂ ਕਿਸੇ ਪ੍ਰਮੋਟਰ 'ਤੇ ਜਾਂ ਸਪੋਰਟਰ 'ਤੇ ਜਾਂ ਕੋਚ 'ਤੇ ਕਿਸੇ 'ਤੇ ਕੋਈ ਗਿਲਾ ਨਹੀਂ ਕਰਨਾ ਚਾਹੀਦਾ ਠੀਕ ਹੈ ਨਾ ਤੁਸੀਂ ਪੁਆਇੰਟ ਲਿਆ ਤੁਹਾਡੇ ਮਗਰ ਨਹੀਂ ਪੁਆਇੰਟ ਨਹੀਂ ਜੋ ਤੁਸੀਂ ਖੇਡ ਕੇ ਨਹੀਂ ਦਿਖਾਉਣਾ ਜਿਸ ਕੰਮ ਵਾਸਤੇ ਤੁਹਾਨੂੰ ਸਪੋਰਟ ਕਰਦੇ ਨੇ ਉਹ ਜਦੋਂ ਤੁਸੀਂ ਉਹ ਕੰਮ ਕਰਕੇ ਨਹੀਂ ਦਿਖਾਉਣਾ ਤਾਂ ਕਿਹੜੀ ਗੱਲ ਆ ਗਿਲਾ ਹੈ ਮੈਂ ਇਹ ਗੱਲ ਨਹੀਂ ਸਮਝਦਾ ਬਾਈ ਨਹੀਂ ਕਿਸੇ ਗਿਲਾ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਕਬੱਡੀ ਸਟਾਰਟ ਕੀਤੀ ਸਰ ਆਪਣਾ ਉਸ ਕਬੱਡੀ ਅਤੇ ਹੁੰਦੀ ਕਬੱਡੀ ਕੀ ਫਰਕ ਆ ਕਿਉਂਕਿ ਉਦੋਂ ਉਹਨਾਂ ਮਤਲਬ ਦੇਸੀ ਖੁਰਾਕਾਂ ਹੁੰਦੀਆਂ ਸੀ ਹੁਣ ਤਾਂ ਅੱਜ ਕੱਲ੍ਹ ਕਹਿੰਦੇ ਕਿ ਆਪਣਾ ਇੰਜੈਕਸ਼ਨ ਲਗਾਉਂਦੇ ਨੇ ਪਲੇਅਰ ਅਕਸਰ ਅਤੇ ਸਟਾਰਟਿੰਗ ਕਬੱਡੀ ਸ਼ੁਰੂ ਕਰਦੇ ਨੇ ਉਦੋਂ ਕਹਿੰਦੇ ਦੇਸੀ ਖੁਰਾਕਾਂ ਸੀਗੀਆਂ 2010-12 ਦੇ ਵਿੱਚ ਭਾਈ ਯਾਰ ਐਡੇ ਪੁਰਾਣੇ ਵੀ ਨਹੀਂ ਹੈਗੇ ਸੀ ਵੀ ਹੁੰਦੇ ਹੀ ਆ ਲੇਕਿਨ ਖੁਰਾਕ ਦੇ ਬਾਰੇ ਹੁਣ ਤਾਂ ਕਦੀ ਕਿਸੇ ਪੁੱਛਿਆ ਹੀ ਨਹੀਂ ਇੱਕ ਦੋ ਮੈਸੇਜ ਕਰਦੇ ਨੇ ਹਾਲ ਚਾਲ ਪੁੱਛਦੇ ਮੁੰਡੇ ਤਾਂ ਬਾਅਦ 'ਚ ਭਾਈ ਕੋਈ ਦਵਾਈ ਦੱਸ ਦਿਉ ਕੋਈ ਸਪਲੀਮੈਂਟ ਦੱਸ ਦਿਉ ਲੇਕਿਨ ਖੁਰਾਕ ਦੇ ਬਾਰੇ ਕਦੀ ਕਿਸੇ ਨੇ ਪੁੱਛਿਆ ਬਾਕੀ ਟੀਕੇ ਮੈਡੀਸਨ ਜਿਹੜਾ ਸਪਲੀਮੈਂਟ ਚੱਲਦਾ ਹੀ ਰਹਿੰਦਾ ਇਹ ਅੱਛੀ ਚੀਜ਼ ਆ ਸਪਲੀਮੈਂਟ ਪ੍ਰੋਟੀਨ ਵਗੈਰਾ ਸਾਰਾ ਕੁਝ ਲੈਣਾ ਚਾਹੀਦਾ ਟੀਕੇ ਵੇਖੋ ਨਾ ਟੀਕਾ ਇੱਕ ਬੰਦਾ ਹੁਣ ਰੋਜ਼ਾਨਾ ਮੈਚ ਖੇਡਦਾ ਉਹਦੇ ਕੋਈ ਇੰਜਰੀ ਆ ਜਾਂਦੀ ਉਹਨੇ ਕੋਈ ਦਰਦ ਦਾ ਟੀਕਾ ਲਾਣਾ ਹੀ ਲੈਣਾ ਜਿਹਨੇ ਹਰ ਬੰਦੇ ਮੈਚ ਖੇਡਣਾ ਉਹਨੇ ਲਾਣਾ ਹੀ ਲੈਣਾ ਅਤੇ ਉਹ ਦਰਦ ਦਾ ਟੀਕਾ ਕੋਈ ਨਸ਼ੇ ਦਾ ਥੋੜ੍ਹਾ ਹੁੰਦਾ ਇੱਕ ਬੰਦੇ ਦਾ ਸੱਟ ਲੱਗ ਜਾਣਾ ਮੇਰੇ ਗੋਡੇ ਨੇ ਸੱਟ ਲੱਗੀ ਭਾਈ ਉਸ ਤੋਂ ਬਾਅਦ ਹੀ ਮੈਂ ਖੇਡਿਆ ਕਬੱਡੀ ਲੇਕਿਨ ਮੈਨੂੰ ਨਹੀਂ ਚੰਗਾ ਲੱਗਾ ਮੈਂ ਦੁਬਾਰਾ ਪਿੱਛੇ ਹਟ ਕੇ ਆਪਰੇਸ਼ਨ ਕਰਵਾ ਲਿਆ ਕੋਈ ਨਾ ਕੋਈ ਪੇਨ ਕਿਲਰ ਟੀਕਾ ਲੈਣਾ ਕੋਈ ਭਾਈ ਇਹ ਕੋਈ ਗਲਤੀ ਤਾਂ ਨਹੀਂ ਨਾ ਇੱਕ ਟੀਕੇ ਨਸ਼ੇ ਦੇ ਥੋੜ੍ਹੇ ਨੇ ਇਹ ਤਾਂ ਆਪਣੇ ਪੇਨ ਕਿਲਰ ਦਰਦ ਵਾਸਤੇ ਟੀਕੇ ਹੁੰਦੇ ਨੇ ਇੱਦਾਂ ਹੀ ਬਿਲਕੁਲ ਆਪਣੀ ਨਾ ਡਾਇਟ ਵਗੈਰਾ ਬਾਰੇ ਦੱਸੋ ਤੁਸੀਂ ਕੀ ਖਾਂਦੇ ਹੋ ਅਤੇ ਮਤਲਬ ਜਿਮ ਵਗੈਰਾ ਨਾਲ ਦੇਸੀ ਟ੍ਰੇਨਿੰਗ ਬਾਰੇ ਫਿਰ ਦੱਸੋ ਡਾਇਟ ਭਾਈ ਯਾਰ ਸੁਬਹ ਬਸ ਕੋਈ ਹਲਕਾ ਫੁਲਕਾ ਫਰੂਟ ਹੀ ਹੁੰਦਾ ਸੇਬ ਜਾਂ ਕੇਲਾ ਵਗੈਰਾ ਜਾਂ ਖਜੂਰਾਂ ਉਸ ਤੋਂ ਬਾਅਦ ਜਾ ਕੇ ਕੋਈ ਮੀਟ ਹੁੰਦਾ ਥੋੜ੍ਹਾ ਬਹੁਤਾ ਨਾਲ ਦੁੱਧ ਹੁੰਦਾ ਸਾਰਾ ਦਿਨ 2-2.5 ਕਿਲੋ 3 ਕਿਲੋ ਦਹੀਂ ਇਸ ਤੋਂ ਨਾਲ ਬਾਕੀ ਸਪਲੀਮੈਂਟ ਪ੍ਰੋਟੀਨ ਵਗੈਰਾ ਇਹ ਜਿਮ 2 ਟਾਈਮ ਇੱਕ ਟਾਈਮ ਗਰਾਊਂਡ ਟ੍ਰੇਨਿੰਗ ਇੱਕ ਟਾਈਮ ਜਿਮ ਕਰ ਲਈ ਇੱਦਾਂ ਨਾਲ ਚੱਲਦਾ ਜੀ ਸਿਸਟਮ ਸਾਰਾ ਜਿਮ ਵਗੈਰਾ ਮਤਲਬ ਕੀ ਨਹੀਂ ਕਰਦੇ ਜਿਮ ਸੁਬਹ ਟਾਈਮ ਮੈਂ ਹੁਣ ਸਾਡੇ ਸੰਗਲਾ ਸ਼ਹਿਰ ਦੇ ਵਿੱਚ ਕੋਈ ਜਿਮ ਐਡੀ ਕਾਬਲ ਹੀ ਨਹੀਂ ਹੈਗੀ ਬੰਦਾ ਉੱਥੇ ਜਾ ਕੇ ਜਿਮ ਹੀ ਕਰ ਲਏ ਕਿਸੇ ਦੀਆਂ ਪਲੇਟਾਂ ਬੈਲੈਂਸ ਹੀ ਨਹੀਂ ਹੈਗੀਆਂ ਕਿਸੇ ਦੀ ਕੋਈ ਮਸ਼ੀਨ ਬੈਲੈਂਸ ਨਹੀਂ ਹੈਗੀ ਅਤੇ ਮੈਂ ਹੁਣ ਰੋਜ਼ਾਨਾ ਪਿੰਡੋਂ ਸ਼ਾਹਕੋਟ ਜਿਮ ਲਾਉਣ ਵਾਸਤੇ ਆਉਂਦਾ ਸਿਰ ਇੱਥੇ ਸਾਈਕਲ ਦੇ ਸੰਗਲੇ ਪੂਰੇ ਸਾਈਕਲ ਹੀ ਕਿਸੇ ਜਿਮ 'ਚ ਨਹੀਂ ਹੈਗਾ ਨਾ ਕਿਸ ਜਿੰਮਾਂ ਕਿਸੇ ਕੰਮ ਦੀਆਂ ਨਹੀਂ ਸਾਡੇ ਸੰਗਲੇ 'ਚ ਕਈ ਬੰਦੇ ਐਸੇ ਨੇ ਕਿ ਜਿਹੜੇ ਜਿੰਮ ਅੱਛੀ ਨਾ ਹੋਣ ਦੇ ਬਾਵਜੂਦ ਉੱਥੇ ਜਿੰਮ ਲਾਉਣਾ ਵੀ ਪਸੰਦ ਨਹੀਂ ਕਰਦੇ ਕਿ ਜਿੰਮ ਅੱਛੀ ਨਹੀਂ ਹੈਗੀ ਇੱਥੇ ਕਿਹੜੀ ਜਿੰਮ ਲਾਉਂਦੇ ਇੱਥੇ ਭਾਈ ਆ ਰੌਕ ਸਟਾਰ ਭਾਈ ਨਵਾਜ਼ ਹੈ ਜਿੰਮ ਵਾਲੇ ਬਹੁਤ ਅੱਛਾ ਪਿਆਰ ਕਰਦੇ ਆਪਣੇ ਨਾਲ ਹਾਂਜੀ ਮਿਸਟਰ ਨਨਕਾਣਾ ਸਾਹਿਬ ਨੇ ਬਾਡੀ ਬਿਲਡਿੰਗ ਦੇ ਅਤੇ ਬੜਾ ਅੱਛਾ ਪਿਆਰ ਕਰਦੇ ਨੇ ਤਾਮਨ ਕਰਦੇ ਨੇ ਆਪਣਾ ਜਿਹੜੀ ਗਲਤੀ ਆ ਦੱਸ ਦੇ ਨੇ ਸਾਨੂੰ ਆਪਣੇ ਨਾਜ਼ਰੀਨ ਨੂੰ ਕੋਈ ਪੈਗਾਮ ਦੇਣਾ ਚਾਹੋ ਫੈਨਸ ਨੂੰ ਬਸ ਦੁਆ ਕਰੋ ਜਲਦੀ ਤੋਂ ਜਲਦੀ ਇਨਸ਼ਾਅੱਲਾ ਟ੍ਰੇਨਿੰਗ ਕਰ ਰਹੇ ਹਾਂ ਦੁਬਾਰਾ ਫਿਰ ਅਤੇ ਇਹ 2-3 ਮਹੀਨੇ ਵਿੱਚ ਦੁਬਾਰਾ ਐਂਟਰੀ ਕਰਾਂਗੇ ਗਰਾਊਂਡ 'ਚ ਇਨਸ਼ਾਅੱਲਾ ਦੁਆ ਕਰਿਓ ਸਾਰੇ ਭਰਾ ਇੱਕ ਹੋਰ ਗੱਲ ਤੁਸੀਂ ਆਪਣਾ ਨਾ ਮਹਿਕਮਾ ਦੱਸੋ ਕਿਹੜੇ ਮਹਿਕਮਾ ਤੁਸੀਂ ਖੇਡਦੇ ਹੋ ਮੈਂ ਜੀ ਬਾਬੜਾ ਦੀ ਤਰਫੋਂ ਖੇਡਦਾ ਨੌਜਵਾਨ ਨਸਲ ਵਾਸਤੇ ਇਹੀ ਪੈਗਾਮ ਹੈ ਜੀ ਆਪਣਾ ਵਧੀਆ ਤੋਂ ਵਧੀਆ ਡਾਇਟ ਖਾਣ ਆਪਣੀ ਸਿਹਤ ਦਾ ਖਿਆਲ ਕਰਨ ਅਤੇ ਨਸ਼ੇ ਪੱਤੇ ਤੋਂ ਦੂਰ ਰਹਿਣ ਦਰਾ ਅਤੇ ਆਪਣੀ ਮਿਹਨਤ ਕਰਨ ਅਤੇ ਕਬੱਡੀ 'ਚ ਬਹੁਤ ਕੁਛ ਆ ਅੱਗੇ ਸੀਗਾ ਕਬੱਡੀ ਦਾ ਮੁੱਲ ਕਬੱਡੀ ਸੀਗਾ ਹੁਣ ਕਬੱਡੀ 'ਚ ਬਹੁਤ ਕੁਛ ਆ ਕਬੱਡੀ 'ਚ ਕਰੋੜਾਂ ਰੁਪਈਏ ਆ ਬਿਜ਼ਨਸ ਆ ਹੁਣ ਕਬੱਡੀ ਤੁਸੀਂ ਕਬੱਡੀ ਨੂੰ ਬਿਜ਼ਨਸ ਕਰ ਸਕਦੇ ਹੋ ਕਹਿ ਸਕਦੇ ਹੋ ਹੁਣ ਕਬੱਡੀ ਕਬੱਡੀ ਨਹੀਂ ਆ ਕਮਰ ਭਾਈ ਯੂਰਪ ਗਏ ਸੀ ਤੁਸੀਂ ਮਾਸ਼ਾਅੱਲਾ ਖੇਲ ਕੇ ਆਇਓ ਕੈਸਾ ਤੁਹਾਡਾ ਉੱਥੇ ਮਤਲਬ ਗੇਮ ਕੈਸੀ ਰਹੀ ਹੈ ਦੂਸਰੇ ਨੰਬਰ ਬੜੀ ਜਲਦੀ ਆ ਗਏ ਤੁਸੀਂ ਹੋਰ ਵੀ ਕਾਫੀ ਪਲੇਅਰਾਂ ਨੂੰ ਫੀਸ ਹੋਣੀ ਹੈ ਜੇ ਖੇਡ ਰਹੇ ਆ ਤੁਸੀਂ ਜਲਦੀ ਕਾਹਤੋਂ ਆ ਗਏ ਉੱਥੋਂ ਬਾਈ ਯਾਰ ਮੇਰੇ ਨਾ ਗੋਡੇ ਦਾ ਸਰਜਰੀ ਹੋਈ ਤਕਰੀਬਨ 3 ਕੁ ਮਹੀਨੇ ਹੋਏ ਸੀਗੇ ਅਤੇ ਸਰਜਰੀ ਤੋਂ ਪਹਿਲੇ ਮੈਨੂੰ ਕਾਲ ਆਈ ਸੀਗੀ ਬਿਨਿਆਮੀਨ ਆਪਣਾ ਭਰਾ ਉਹਨੇ ਹੀ ਸਾਰਾ ਕੁਝ ਕੀਤਾ ਆਪਣਾ ਵੀਜ਼ਾ ਵੂਜ਼ਾ ਅਪਲਾਈ ਸਾਰਾ ਕੁਝ ਉਹਨੇ ਕਰਾਇਆ ਅਤੇ ਮੈਂ ਉਹਨੂੰ ਦੱਸਿਆ ਸੀਗਾ ਯਾਰ ਮੇਰਾ ਓਪਰੇਸ਼ਨ ਹੋਇਆ ਲੇਕਿਨ ਉਹ ਸਾਡੇ ਜਿਹੜੇ ਪ੍ਰਧਾਨ ਸੀਗੇ ਕੋਚ ਸੀਗਾ ਸੰਦੀਪ ਭਾਈ ਦੇ ਨਾਲ ਅੰਕਲ ਸਤਨਾਮ ਸਿੰਘ ਜਿਹੜੇ ਸਾਡੇ ਫਰਾਂਸ ਸਿੰਘ ਸਭਾ ਸਪੋਰਟਸ ਕਲੱਬ ਦੇ ਮੈਨੇਜਰ ਨੇ
ਕੋਈ ਐਡੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਆਪਣੀ ਇੰਜੋਏ ਕਰ ਨਾ ਖੇਡ। ਸਾਨੂੰ ਪਤਾ ਇੰਜਰੀ ਹੋਈ, ਸਾਨੂੰ ਪਾਕਿਸਤਾਨ 'ਚ ਕਾਫੀ ਕੋਚਾਂ ਦੇ ਫੋਨ ਆਏ ਨੇ ਕਿ ਤੁਸੀਂ ਉਹ ਡੈਡ ਬੰਦੇ ਦਾ ਵੀਜ਼ਾ ਲਵਾ ਰਹੇ ਹੋ ਅਤੇ ਤੁਸੀਂ ਬੰਦਾ ਹੋਰ ਸਕ ਲਓ, ਲੇਕਿਨ ਸਾਨੂੰ ਬੁਲਾਉਣਾ ਤੇਰਾ ਮਕਸਦ ਸੀਗਾ, ਤੂੰ ਇੱਥੇ ਆ ਗਿਆ, ਬਿਲਕੁਲ ਤੈਨੂੰ ਤੰਗ ਨਹੀਂ ਕਰਦੇ, ਤੂੰ ਖੇਡ ਤਾਂ ਆਪਣਾ ਨਹੀਂ ਖੇਡਿਆ ਜਾਂਦਾ, ਆਪਣਾ ਇੰਜੋਏ ਕਰ, ਨੈਕਸਟ ਈਅਰ ਤੂੰ ਫਿੱਟ ਹੋ ਗਿਆ, ਕੋਈ ਗੱਲ ਨਹੀਂ, ਤੂੰ ਆ ਪਿਆ ਵਾਪਸ, ਜਾਣਾ ਤਾਂ ਵਾਪਸ ਚੱਲਿਆ। ਫਿਰ ਮੈਂ ਉਹਨੂੰ ਆਖਿਆ ਜੀ, ਉਹਨੂੰ ਮੈਨੂੰ ਨਾ ਬੜਾ ਪਿਆਰ ਅਤੇ ਕਰਦੇ ਸੀਗੇ, ਬੜੀ ਆਪਣੀ ਖਿਦਮਤ ਕੀਤੀ ਉਹਨਾਂ, ਬੜਾ ਕੁਝ ਕੀਤਾ ਆਪਣੇ ਨਾਲ, ਅਤੇ ਮੈਂ ਉਹਨੂੰ ਦੱਸਿਆ ਕਿ ਮੇਰਾ ਟੂਰਨਾਮੈਂਟ 3 ਸੀਗੇ ਜਦੋਂ ਅਸੀਂ ਗਏ, 3 ਰਹਿੰਦੇ ਸੀ, 2 ਹੋ ਗਏ, ਇੱਕ 2 ਖੇਡੇ ਮੈਂ, ਇੱਕ ਰਹਿੰਦਾ ਸੀ ਸਪੇਨ ਵਾਲਾ। ਤਾਂ ਮੈਂ ਕਿਹਾ ਯਾਰ ਮੇਰੇ ਕੋਲ ਨਹੀਂ ਖੇਡਣਾ ਅੱਛੀ ਤਰ੍ਹਾਂ ਨਾ, ਕੋਈ ਸਲਿਪਰੀ ਗਰਾਊਂਡ 'ਚ, ਮੈਂ ਗੋਡੇ ਆਪਣੇ ਦਾ ਵੀ ਖਿਆਲ ਕਰਦਾ ਸੀ ਜ਼ਿਆਦਾ, ਉਹਨਾਂ ਮੈਨੂੰ ਵੀ ਇਹ ਗੱਲ ਆਖੀ ਸੀ ਸੰਦੀਪ ਭਾਈ ਨੇ ਕਿ ਜ਼ਰਾ ਆਪਣੇ ਗੋਡੇ ਦਾ ਜ਼ਿਆਦਾ ਖਿਆਲ ਕਰਨਾ, ਮੈਚ ਹਾਰ ਜੀਏ ਜਿੱਤੀਏ ਕੋਈ ਟੈਨਸ਼ਨ ਨਹੀਂ ਹੈਗੀ, ਤੂੰ ਗੋਡੇ ਦਾ ਖਿਆਲ ਕਰ। ਅਤੇ ਬਾਕੀ ਫਿਰ ਮੈਂ ਉਹਨੂੰ ਆਖਿਆ ਭਾਈ ਯਾਰ ਮੇਰੇ ਕੋਲ ਨਹੀਂ ਖੇਡ ਹੋ ਰਿਹਾ, ਤਾਂ ਮੈਂ ਵਾਪਸ ਚਲੇ ਜਾਂਦਾ। ਉਹ ਕਹਿੰਦੇ ਸੀ ਲੇਕਿਨ ਵਾਪਸ ਨਾ ਜਾ, ਆਪਣਾ ਇੰਜੋਏ ਕਰ ਯਾਰ। ਮੈਂ ਕਹਿੰਦਾ ਯਾਰ ਮੈਨੂੰ ਅੱਛਾ ਫੀਲ ਨਹੀਂ ਹੁੰਦਾ ਕਿ ਮੈਂ ਖੇਡਾਂ ਵੀ ਨਾ ਤਾਂ ਬੋਝ ਬਣਾ, ਮੈਨੂੰ ਅੱਛਾ ਨਹੀਂ ਫੀਲ ਹੋਇਆ, ਮੈਂ ਫਿਰ ਵਾਪਸ ਆ ਗਿਆ। ਉਹਨਾਂ ਆਖਿਆ ਚਲੋ ਕੋਈ ਗੱਲ ਨਹੀਂ, ਆਉਣ ਲੱਗਿਆ ਉਹਨਾਂ ਮੈਨੂੰ ਪੈਸੇ ਵੀ ਦਿੱਤੇ ਨੇ ਮੇਰੇ ਗੋਡੇ ਵਾਸਤੇ, ਉਹਨਾਂ ਆਖਿਆ ਜਿੰਨੇ ਵੀ ਪੈਸੇ ਲੱਗੇ ਅਸੀਂ ਲਾਵਾਂਗੇ, ਤੂੰ ਟੈਨਸ਼ਨ ਲੈਣੀ ਆਪਣੀ ਕਬੱਡੀ ਖੇਡੀ ਯਾਰ। ਕਮਰ ਬਾਜੀ ਸਾਹਿਬ ਜੀ, ਲਾਸਟ ਆਪਣਾ ਕੁਐਸਚਨ ਤੁਹਾਡੇ ਅੱਗੇ, ਇਹ ਵਰਲਡ ਕੱਪ ਹੋਇਆ 2020 ਦਾ, ਤਕਰੀਬਨ ਸਭ ਪਲੇਅਰਾਂ ਨੂੰ 18-18 ਸਕੇਲ ਦਿੱਤਾ ਵਾ ਆਪਣਾ, ਤੁਹਾਨੂੰ ਵੀ ਸਕੇਲ ਮਿਲਿਆ ਕਿ ਨਹੀਂ? ਜੀ ਸਾਡੇ ਵੀ ਮੇਰੇ ਕੋਲ ਫੈਡਰੇਸ਼ਨ ਦਾ ਲੈਟਰ, ਰਾਣਾ ਸਰਵਰ ਸਾਹਿਬ ਅਤੇ ਭਾਈ ਤਾਰਵੇ ਜੱਟ ਸਾਹਿਬ, ਉਹਨਾਂ ਮੈਨੂੰ ਆਪਣਾ ਬਕਾਇਦਾ ਫੈਡਰੇਸ਼ਨ ਦਾ ਲੈਟਰ ਦਿੱਤਾ ਹੋਇਆ ਕਿ ਸਾਡੇ 18ਵੇਂ ਸਕੇਲ ਦੇ ਪ੍ਰਮੋਸ਼ਨ ਵਾਸਤੇ ਮੇਰੇ ਕੋਲ ਪਿਆ ਲੈਟਰ, ਅਤੇ ਹੁਣ ਸਾਡੀਆਂ ਫਾਈਲਾਂ ਬਣੀਆਂ ਹੋਈਆਂ ਨੇ, ਉਹ ਕੋਈ ਮਹਿਕਮੇ ਦੇ ਸੂਰਤ ਹਾਲ ਅੱਛੀ ਨਾ ਹੋਣ ਦੇ ਕਾਰਨ ਕੋਈ ਪ੍ਰੋਬਲਮ ਬਣੀ ਹੋਈ ਹੈ, ਲੇਕਿਨ ਜਦੋਂ ਵੀ ਇਹ ਕੋਈ ਸਿਸਟਮ ਚੱਲੇਗਾ ਤਾਂ ਸਾਡੇ ਸਕੇਲ ਅਪ ਹੋ ਜਾਂਦੇ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸਰ।